ਜਦੋਂ ਤੁਸੀਂ ਤਪਲਾ ਲੈਣ ਲੱਗੇ ਸੀ। ਹਾਂ ਜੀ, ਇਹਦਾ ਮੈਨੂੰ ਆਖਿਆ ਵਾ ਨੰਬਰਦਾਰਾ ਤੇਰੀ ਆਵਾਜ਼ ਸ਼ਾਦ ਵਾ ਵੈ। ਅੱਛਾ, ਤੇ ਮੈਂ ਤੈਨੂੰ ਪੈਸੇ ਟੋਰਨਾ ਵਾ ਕਿ ਨੂੰ ਤਪਲਾ ਲੈ ਆਪਣਾ ਰੱਖ ਕੋਲ ਮੌਜਾਂ ਨਾਲ ਵਜਾਇਆ ਨਾਲੇ ਜਾ ਹੀ ਸੀ। ਮੈਂ ਠੀਕ ਆ ਜੀ ਸਾਹਿਬ, ਸਹੀ ਹੈ ਉਹ ਨਾ ਮੈਂ ਅੱਜ ਇਹਨਾ ਮੈਨੂੰ 5,000 ਰੁਪਈਆ ਟੋਰ ਦਿੱਤਾ। ਅੱਛਾ, ਜਿਹੜੇ ਪੈਸੇ ਲੱਭ ਗਏ ਮੈਨੂੰ, ਮੈਂ ਆਖਿਆ ਵਾ 5,000 ਰੁਪਈਆ ਆ ਗਿਆ। ਮੈਂ ਜਾ ਕੇ ਅੰਬਰ ਮੋਟੇ ਨੂੰ ਬੁਲਾਇਆ, ਮੈਂ ਚੱਲ ਹਾਂ ਯਾਰਾ ਕਿ ਨੂੰ ਪਤਾ ਕਰੀਏ ਤਪਲਾ ਕਿੱਥੋਂ ਲੱਭਦਾ ਕਿੰਨੇ ਦਾ ਲੱਭਦਾ, ਅੱਜ ਢੂੰਡ ਕੇ ਆਉਣਾ। ਅਸੀਂ ਗਏ ਸਟਾਫ ਗਲੇ, ਉੱਥੋਂ ਅਸਾਂ ਇੱਕ ਦੁਕਾਨ ਢੂੰਡੀ, ਉਹ ਸਾਨੂੰ ਆਂਦਾ ਭਾਈ ਜੀ ਤਪਲਾ ਤੁਹਾਨੂੰ ਬਣਾ ਕੇ ਦਿਆਂ ਦੇ 60 ਤੋਂ 65 ਹਜ਼ਾਰ ਦਾ। ਅੱਛਾ, 60 ਤੋਂ 65 ਹਜ਼ਾਰ ਦਾ ਤਪਲਾ ਤੁਹਾਨੂੰ ਬਣਾ ਕੇ ਦਿਆਂ ਦੇ। ਮੈਂ ਸਾਡੇ ਕੋਲ ਤੇ 5,000 ਰੁਪਈਆ, ਇਹ ਕੀ ਜੋੜ ਨਹੀਂ ਬਣਿਆ। ਖੈਰ ਅਸਾਂ ਉੱਥੋਂ ਨਾ ਕੋ 1500 ਦੀ ਰੋਟੀ ਖਾਧੀ ਤੇ ਵਾਪਸ ਆ ਗਏ ਆਪਣੀ ਜੇਬ ਚੋਂ ਹੀ। ਅਸੀਂ ਨਾ ਜਿਹੜੇ ਰੋਟੀ ਖਾ ਕੇ ਵਾਪਸ ਆਏ ਤੇ ਮੈਨੂੰ ਆਂਦਾ ਹੁਣ ਭਾਈ ਮੈਂ ਹਾਜੀ ਨੂੰ ਆਉਂਦੇ ਹਾਂ ਦੱਸਣੇ ਆ। ਅੱਛਾ ਹਾਜੀ ਮੈਂ ਘਰ ਆਇਆ, ਮੈਨੂੰ ਫੋਨ ਕੀਤਾ, ਗਏ ਸਾਂ ਮੈਂ ਗਏ ਸਾਂ ਤਪਲੇ ਵਾਲੇ ਨਾਲ ਗੱਲ ਹੋਈ, ਇਹ ਤਪਲਾ ਬੜਾ ਮਹਿੰਗਾ, ਅਸੀਂ ਨਾ ਕਿਹਨੂੰ ਸਸਤਾ ਢੂੰਡੋ ਸਸਤਾ ਢੂੰਡੋ ਆਂਦਾ। ਪੈਸੇ 5,000 ਕੋਲ ਹੀ ਆ, ਮੈਂ ਕਿਹਾ ਆਹੋ ਕੋਲ ਹੀ। ਆਂਦਾ ਠੀਕ ਹੈ ਕੋਲ ਹੀ ਰੱਖੀ। ਫਿਰ ਅਸੀਂ ਗਏ ਗੁਜਰਾਂ ਵਾਲੇ, ਉੱਥੋਂ ਅਸਾਂ ਨਾ ਢੂੰਡਿਆ ਢਾਂਡਿਆ ਵਾ ਕੋਈ ਜਾਇਦ ਲੱਭ ਜੇ। ਉੱਥੇ ਸਾਨੂੰ ਬੰਦੇ ਆਖਿਆ ਵਾ ਤੁਹਾਨੂੰ 20-22 ਹਜ਼ਾਰ ਦਾ ਨਾ ਤਪਲਾ ਅਸੀਂ ਲੈ ਦਿਆਂਗੇ, 40,000 ਸਸਤਾ ਆ ਸਸਤਾ ਲੈ ਦਿਆਂਗੇ। ਅਸੀਂ ਆਹ ਚੋ ਠੀਕ ਹੈ ਵਧੀਆ ਇਹਨਾਂ ਗੱਲ ਪੇ ਕਰੀਏ। ਤੇ ਉੱਥੇ ਹੀ ਹਾਜੀਰਾਂ ਦਾ ਫੋਨ ਆ ਗਿਆ, ਹਾਂ ਮੈਂ ਕਿਹਾ ਅਸੀਂ ਆਏ ਹਾਂ ਗੁਜਰਾਂ ਵਾਲੇ ਵੇਖਨੇ ਪੇ 5,000 ਕੋਲ ਹੀ ਆ। ਮੈਂ ਕਿਹਾ ਬਿਲਕੁਲ। ਅੱਛਾ ਉੱਥੋਂ ਅਸਾਂ ਹੈ ਮਤੇ 1500 ਦੀ ਰੋਟੀ ਖਾਧੀ ਵਾਪਸ ਆ ਗਏ। ਅੱਛਾ 5,000 ਸਾਨੂੰ ਦਿੱਤੇ ਆ ਤਪਲੇ ਵਾਲੇ ਨੇ ਰੋਟੀ ਦੋ ਥਾਵਾਂ ਤੇ, ਅਸੀਂ ਬੋਝੇ ਚ ਖਾ ਬੈਠੇ 1500 ਫਿਕਸ ਇਹਨੇ ਦੀ ਖਾਣੀ। ਆਹੋ ਖਾਣੀ ਇਹਨੇ, ਬੰਦੇ ਦੋ ਹੁੰਦੇ ਸਾਂ। ਲੋ ਜੀ ਅਸੀਂ ਨਾ ਵਾਪਸ ਆਏ, ਵਾਪਸ ਆਉਂਦਿਆਂ ਸਾਲ ਫਿਰ ਮੈਨੂੰ ਹਾਜੀਰਾਂ ਦਾ ਫੋਨ ਆਇਆ ਪੈਸੇ ਕੋਲ ਹੀ ਨਹੀਂ। ਮੈਂ ਕਿਹਾ ਕੋਲ ਹੀ ਨੇ ਯਾਰ, ਇੱਕ ਸ਼ਹਿਰ ਬੰਦਾ ਉਹਨੂੰ ਬੜੀ ਡਾਢੀ 5,000 ਰੁਪਈਏ ਦੀ ਲੋੜ ਹੈ ਤੇ ਉਹਨੂੰ ਤੇ ਦੇ ਗਿਆ। ਮੈਂ ਦੇ ਚਲੋ ਦੇ ਆਉਂਦੇ ਹਾਂ। ਮੈਂ ਵੀ ਉਹ ਫੋਨ ਸੁਣ ਕੇ ਨਾ 5,000 ਕੋਲ ਹੀ ਆ ਮੈਂ ਆ ਕਰਿਆ, ਮੈਨੂੰ ਆਂਦਾ ਉਹ ਬੰਦੇ ਨੂੰ 5,000 ਰੁਪਈਏ ਦੀ ਲੋੜ ਹੈ। ਮੈਂ ਕਿਹਾ ਮੇਰੇ ਸੋਹਣੇ ਅੱਲਾ ਸ਼ੁਕਰ ਮੇਰੇ ਕੋਈ ਚੱਲਾ 5,000। ਮੈਂ ਕਿਹਾ ਉਹ ਬੰਦਾ ਮੈਨੂੰ ਆਈ ਸਾ ਕਿੱਥੇ ਲੱਭੇਦਾ? ਉਹਨੇ ਆਖਿਆ ਜਿਹੜੇ ਤੂੰ ਨਵੇਂ ਅੱਡੇ ਤੇ ਵੱਡੇ ਮਨਾ ਰਹੀ ਮਸਜਿਦ ਥੱਲੇ ਗਿਆ ਨਾ, ਬੰਦਾ ਤੈਨੂੰ ਆਪੇ ਲੱਭ ਲੈਦਾ। ਮੈਂ ਕਿਹਾ ਠੀਕ ਹੈ, ਨਕਸ਼ਾ ਤੇਰਾ ਦੱਸ ਦੇ। ਮੈਨੂੰ ਉਹਨੇ ਦੱਸਿਆ ਸਵਾ ਬੰਦਾ ਦੇਸੀ ਜਿਹਾ ਹੀ ਆਵੇਦਾ ਉਹ ਨਾ। ਮੈਂ ਉੱਥੇ ਅਪੜਿਆ ਜਾ ਕੇ ਖਲੋਤਾ ਹੀ ਹੈ, ਆਲੇ ਦੁਆਲੇ ਨੂੰ ਪਿਆ ਵੇਖਾਂ ਹੀ ਬੰਦਾ ਚੰਗਾ ਧੈੜ ਜਣਾ ਆ ਕੇ ਮੈਨੂੰ ਆ ਮੁੰਡੇ ਤੇ ਹੱਥ ਧਰ ਕੇ ਆਂਦਾ ਭਾਈ 5,000 ਰੁਪਈਆ ਕੋਲ ਹੀ ਆ, ਮੈਨੂੰ ਫਿਰ ਪੁੱਛਣੇ ਦੀ ਲੋੜ ਨਹੀਂ ਪਈ ਵਾ ਦੇਣਾ। ਮੈਂ ਆਖਿਆ ਭਾਈ ਇਹ ਲੈ 5,000 ਰੁਪਈਆ ਮੇਰੀ ਜਾਨ ਛੱਡੋ, ਮੈਂ ਕੋਈ ਤਬਲਾ ਲਿਆ ਮੈਂ ਨੀ ਕਰਕੇ ਗੱਲ। ਮੈਂ ਹੀ ਕਰਕੇ ਤਬਲਾ ਲੈ ਲਈ।